ਜਿਹੜਾ ਕੰਮ ਸ਼ੁਰੂ ਕਰਨਾ ਘਾਟਾ ਪੈ ਪੈ ਜਾਂਦਾ ਜੀ, ਇਸ ਕੰਮ ਚ ਅੱਲਾ ਬਰਕਤ ਪਾ ਦੇ, ਬੜੀ ਮਿਹਰਬਾਨੀ ਹੋਏਗੀ। ਯਾ ਅੱਲਾ ਸੁਣ ਮੇਰੀ ਗਰੀਬ। ਪਕੌੜੇ ਤਾਜ਼ੇ, ਜਲੇਬੀ ਆ ਗਈ ਮੇਲੇ ਦੀ ਮਸ਼ਹੂਰੀ ਵਾਸਤੇ ਵੇ, ਤਾਜ਼ਾ ਮਾਲ ਫਰੈਸ਼ ਮਾਲ ਆ ਗਿਆ ਵੇ। ਮਾਸ਼ਾਅੱਲਾ ਪਕੌੜਾ ਖਾਲਸ ਬੇਸਣ ਦਾ, ਇਹਦੇ ਵਿੱਚ ਆਲੂ, ਬੇਸਣ, ਗੋਭੀ, ਕੀਮਾ, ਮੁਰਗੀ ਦਾ ਗੋਸ਼ਤ ਵਿੱਚ ਪਾਇਆ ਸਾਰੀ। ਜਲੇਬੀ ਆ ਗਈ ਗਰਮੋ ਗਰਮ, ਤਾਜ਼ੇ ਪਕੌੜੇ, ਜਲੇਬੀ ਆ ਗਏ ਵੇ, ਸਮੋਸੇ, ਪਕੌੜੇ, ਜਲੇਬੀ ਗਰਮੋ ਗਰਮ ਆ ਗਏ ਵੇ। ਅਸਲਾਮ ਅਲੈਕੁਮ ਚਾਚਾ, ਕੀ ਹਾਲ ਹੈ ਪੁੱਤ? ਕਰੇ ਅੱਲਾ ਦਾ, ਤੂੰ ਸੁਣਾ ਸੁਣਾ ਕਿੱਦਾਂ ਲਾਈ ਆ? ਆ ਜਿਹੜੀ ਜਲੇਬੀ 120 ਰੁਪਈਏ ਕਿਲੋ, ਪਕੌੜੇ ਸਿਰਫ 140 ਰੁਪਈਏ ਕਿਲੋ ਲਾ ਰਹੇ ਨੇ। ਪਿੱਛਾ ਤਾਂ ਉਹਨਾਂ ਦਾ 80 ਰੁਪਈਏ ਕਿਲੋ ਆਉਂਦੇ ਸੀ, ਉਹ ਉਹਨਾਂ ਮੈਦਾ ਪਾਇਆ ਮੇਰੇ ਖਾਲ ਵਿੱਚ ਯਾਰ, ਕਿਤੇ ਜਲੇਬੀਆਂ ਦੇ ਤੁਲੂ ਖੋਦ ਪਾਇਆ, ਤੂੰ ਬਹਿਸ ਛੱਡ, ਜੋ 3 ਕਿਲੋ ਕ ਲੈ ਲਵਾਂ ਉਹ। ਅੱਛਾ, ਅੱਗੋ ਪਾਈਆ ਕੇ ਲਾ ਲੋ, ਚੱਲ ਜਿਵੇਂ ਤੇਰਾ ਦਿਲ ਕਰਦਾ ਨਾ ਤੂੰ ਲੈ ਲੈ। ਗੁੰਜਾਇਸ਼ ਕਰ ਰਹੇ ਭਾਈ, ਨਹੀਂ ਗੁੰਜਾਇਸ਼ ਗੱਲ ਕਰਦਾ ਯਾਰ, ਆਉਂਦਾ ਪਿਆ ਆਉਂਦਾ ਪਿਆ। ਪਕੌੜੇ ਆ ਗਏ ਵੇ, ਆ ਕੀ ਲੈਣਾ ਕਾਕੇ? ਦੋ ਚਾਰ ਹੋਰ ਗੱਲ, ਮੇਰਾ ਤਾਂ ਪੂਰਾ ਮਹੀਨਾ ਲੰਘ ਗਿਆ। ਤਾਇਆ ਪੈਸੇ ਤੇ ਦੇ ਜਾ, ਲਾ ਕੇ ਪਕੌੜੇ ਬਣਾਏ ਸਨ ਤੇ ਸਿਰਫ 3 ਪਕੌੜੇ ਰਹਿ ਗਏ ਨੇ ਜੀ। ਅਜੇ ਬਾਈ ਮਾਰ ਜਾਏਗਾ ਤੇ ਮੇਲੇ ਤੇ ਕਮਾਈਆਂ ਕਰਾਂਗੇ, ਆਹ ਕਮਾਈਆਂ ਹੋਈਆਂ ਪਈਆਂ ਨੇ। ਯਾਲਾ ਕੋਈ ਗਾਹਕ ਕੱਲ ਚੰਗਾ ਜੇ ਆ। ਸਲਾਮ ਅਲੈਕੁਮ, ਠੀਕ ਠਾਕ ਜੀ, ਦੁਆਵਾਂ ਦੇ ਰਹੀਆਂ। ਜਲੇਬੀ ਚ ਰਸ ਕਿਵੇਂ ਭਰਿਆ ਤੂੰ? ਭਾਜੀ ਕਾਰੀਗਰ ਨੂੰ ਪਤਾ ਹੋਣਾ। ਅੱਛਾ, ਕਾਰੀਗਰ ਨੂੰ ਪਤਾ, ਤੈਨੂੰ ਕੋਈ ਨਹੀਂ ਪਤਾ? ਮੈਂ ਤੇ ਵੇਚਣ ਵਾਲੇ ਸਿਰਫ ਤੇਰੇ ਵਾਸਤੇ 50 ਰੁਪਈਏ ਪਾਈ ਆ। ਸਿਰਫ 50 ਰੁਪਈਏ ਪਾਈ ਆ, ਚੱਲ ਠੀਕ ਹੈ ਫਿਰ ਖਾ ਲਾ। ਅਰੇ ਸਾਹਿਬ, ਕਾਰੋਬਾਰ ਪੂਰਾ ਸਾਲ ਹੋ ਗਿਆ, ਮੇਲਾ ਆਏਗਾ, ਮੇਲਾ ਆਏਗਾ, ਮੇਲੇ ਦੇ ਤਮਾਚੇ ਵੇਖ ਲਓ, ਕਾਰੋਬਾਰ ਚੰਗਾ।